ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ 2024 ਲਈ ਯੂਐਸਏ ਪ੍ਰੈਜ਼ੀਡੈਂਟ ਡਿਬੇਟ ਵਿੱਚ ਹਿੱਸਾ ਨਹੀਂ ਲਿਆ 2024 ਵਿੱਚ ਯੂਐਸਏ ਚ ਵੋਟਾਂ ਹੋਣੀਆਂ ਨੇ 트੍ਰੰਪ ਨੇ 2024 ਲਈ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਪਰ ਫਿਰ ਵੀ ਉਹ ਬਹਿਸ ਵਿੱਚ ਸ਼ਾਮਲ ਨਹੀਂ ਹੋਏ ਜ਼ਿਕਰਯੋਗ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ 트ੰਪ ਨੇ ਐਤਵਾਰ ਨੂੰ ਕਿਹਾ ਸੀਗਾ ਕਿ ਉਹ ਬੁੱਧਵਾਰ ਨੂੰ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ 'ਚ ਹਿੱਸਾ ਲੈਣ ਦੇ ਲਈ ਹੋਣ ਵਾਲੀ ਪਹਿਲੀ ਪ੍ਰਾਈਮਰੀ ਬਹਿਸ ਵਿੱਚ ਹਿੱਸਾ ਨਹੀਂ ਲੈਣਗੇ 트ੰਪ ਨੇ ਆਪਣੇ ਸੋਸ਼ਲ ਮੀਡੀਆ ਵੈੱਬਸਾਈਟ ਤੇ ਲਿਖਿਆ ਸੀ ਜਨਤਾ ਜਾਣਦੀ ਹੈ ਮੈਂ ਕੌਣ ਹਾਂ ਮੇਰਾ ਰਾਸ਼ਟਰਪਤੀ ਕਾਰਜਕਾਲ ਕਿੰਨਾ ਸਫਲ ਰਿਹਾ ਹੈ ਇਸ ਲਈ ਮੈਂ ਬਹਿਸ ਨਹੀਂ ਕਰਾਂਗਾ ਅਮਰੀਕਾ ਦੇ ਸੰਵਿਧਾਨ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ 트럼ਪ ਨੂੰ ਆਪਣੇ ਚੋਣ ਮਹਿਮ ਨੂੰ ਜਾਰੀ ਰੱਖਣ ਤੋਂ ਰੋਕ ਸਕੇ ਭਾਵੇਂ ਕਿ ਉਹਨਾਂ ਉੱਤੇ ਕਈ ਅਪਰਾਧਾਂ ਦੇ ਇਲਜ਼ਾਮ ਕਿਉਂ ਨਾ ਲੱਗੇ ਹੋਣ ਪਰ ਵਿਵਹਾਰਕ ਵਿਚਾਰ ਹਨ ਸਾਕਰ ਰਾਸ਼ਟਰਪਤੀ ਦੇ ਬੁਲਾਰੇ ਨੇ ਅਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਹਰ ਪ੍ਰਾਈਮਰੀ ਬਹਿਸ ਦਾ ਬਾਈਕਾਟ ਕਰਨ ਦੀ ਯੋਜਨਾ ਬਣਾ ਰਹੇ ਨੇ ਜਾਂ ਇਸ ਬਹਿਸ ਵਿੱਚ ਹੀ ਉਹਨਾਂ ਨੇ ਹਿੱਸਾ ਨਹੀਂ ਲਿਆ ਇਸ ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਇੱਕ ਵਿਅਕਤੀ ਨੇ ਐਤਵਾਰ ਨੂੰ ਕਿਹਾ ਸੀਗਾ ਕਿ 트럼ਪ ਤੇ ਉਹਨਾਂ ਦੀ ਟੀਮ ਨੇ ਰਿਪਬਲਿਕਨ ਨੈਸ਼ਨਲ ਕਮੇਟੀ ਨੂੰ ਆਪਣੀ ਯੋਜਨਾ ਦੀ ਜਾਣਕਾਰੀ ਨਹੀਂ ਦਿੱਤੀ ਜ਼ਿਕਰਯੋਗ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਾਰਜੀਆ ਦੀ ਫੁਲਟਨ ਕਾਉਂਟੀ ਜੇਲ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ ਟਰੰਪ ਦੀ ਜ਼ਮਾਨਤ ਦੇ ਲਈ ਜਿਹੜੀ ਰਕਮ ਹੈ ਉਹ ਦਿੱਤੀ ਗਈ ਔਰ ਉਹਨਾਂ ਵੱਲੋਂ ਇਹ ਰਕਮ ਭਰਨ ਤੋਂ 20 ਮਿੰਟਾਂ ਬਾਅਦ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਬਹੁਤ ਸਾਰੇ ਲੋਕ ਸੋਚ ਰਹੇ ਨੇ ਕਿ ਟਰੰਪ ਰਾਸ਼ਟਰਪਤੀ ਦੀ ਚੋਣ ਅਜੇ ਵੀ ਲੜ ਸਕਦੇ ਨੇ ਤੇ ਜਵਾਬ ਹੈ ਹਾਂ ਅਮਰੀਕਾ ਦੇ ਸੰਵਿਧਾਨ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ 트럼ਪ ਨੂੰ ਆਪਣੀ ਚੋਣ ਮਿਹਨ ਨੂੰ ਜਾਰੀ ਰੱਖਣ ਤੋਂ ਰੋਕ ਸਕੇ ਭਾਵੇਂ ਕਿ ਉਹ ਨਾ ਉੱਤੇ ਕਈ ਅਪਰਾਧਾਂ ਦੇ ਇਲਜ਼ਾਮ ਕਿਉਂ ਨਾ ਲੱਗੇ ਹੋਣ ਪਰ ਵਿਹਾਰਕ ਵਿਚਾਰ ਨੇ ਕੇਸ ਹਫ਼ਤਿਆਂ ਤੱਕ ਚੱਲ ਸਕਦੇ ਨੇ ਅਤੇ ਉਹਨਾਂ ਨੂੰ ਪੂਰਾ ਸਮਾਂ ਅਦਾਲਤ ਵਿੱਚ ਬੈਠਣਾ ਹੋਏਗਾ ਕਾਨੂੰਨੀ ਟੀਮ ਲਈ ਭੁਗਤਾਨ ਦਾ ਤਾਂ ਕੋਈ ਜ਼ਿਕਰ ਹੀ ਨਹੀਂ ਕੀਤਾ ਜਾਏਗਾ ਇਹ ਸਭ ਉਸ ਵੇਲੇ ਊਰਜਾ ਤੇ ਚੁਣਾਈ ਨਕਦੀ ਦੀ ਇੱਕ ਵੱਡੀ ਬਰਬਾਦੀ ਹੋਏਗੀ ਇਹ ਅਜਿਹਾ ਸਮਾਂ ਹੋਏਗਾ ਜਦੋਂ ਉਹ ਰੈਲੀਆਂ ਕਰਨ ਅਤੇ ਵੋਟਾਂ ਨੂੰ ਮਿਲਣਾ ਵਧੇਰੇ ਪਸੰਦ ਕਰਨਗੇ ਹਾਲਾਂਕਿ ਉਹਨਾਂ ਦਾ ਸਮਰਥਨ ਘਟਿਆ ਨਹੀਂ ਹੈ ਔਰ ਇੱਥੇ ਇਹ ਵੀ ਦੱਸ દઈએ ਕਿ ਜਿਹੜੀ ਇਹ ਡਿਬੇਟ ਹੋਈ ਹੈ ਰਿਪਬਲਿਕਨਸ ਦੀ ਉੱਥੇ ਸਾਰੇ ਚਿਹਰੇ ਰਾਸ਼ਟਰਪਤੀ ਦੀ ਜਿਹੜੀ ਦਾਅਵੇਦਾਰੀ ਰੱਖਦੇ ਨੇ ਉਹ ਸ਼ਾਮਲ ਰਹੇ ਆ ਬਿਨਾਂ ਟਰੰਪ ਦੇ ਕਿਉਂਕਿ ਟਰੰਪ ਕਹਿ ਚੁੱਕੇ ਨੇ ਕਿ ਉਹ ਕਿਸੇ ਜਾਣ ਪਹਿਚਾਣ ਦੇ ਮਹਤਾਜ ਨਹੀਂ ਹਨ